ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੀਆਂ ਤ੍ਰਿੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਪੰਜਾਬੀ ਸਿੱਖੀਏ ਲੜੀ ਵਿੱਚ ਪਿਛਲੀ ਵਾਰ ਆਪਾਂ ਗੱਲ ਕੀਤੀ ਸੀ ਲਗਾ ਮਾਤਰਾ ਦੀ ਮੈਨੂੰ ਉਮੀਦ ਹੈ ਤੁਸੀਂ ਮੇਰੀ ਉਹ ਵੀਡੀਓ ਵੇਖੀ ਹੋਵੇਗੀ ਤੇ ਤੁਹਾਨੂੰ ਪਸੰਦ ਆਈ ਹੋਵੇਗੀ ਅੱਜ ਆਪਾਂ ਗੱਲ ਕਰਾਂਗੇ ਲਗਾਖਰ ਦੀ ਲਗਾਖਰ ਉਹ ਚਿੰਨ੍ਹ ਹੁੰਦੇ ਹਨ ਜਿਹੜੇ ਲਗਾ ਤੋਂ ਬਾਅਦ ਵਰਤੇ ਜਾਂਦੇ ਹਨ ਇਹਨਾਂ ਦਾ ਸੰਬੰਧ ਲਗਾ ਨਾਲ ਹੁੰਦਾ ਹੈ ਅਤੇ ਇਹ ਅੱਖਰਾਂ ਨਾਲ ਸੰਬੰਧ ਨਹੀਂ ਰੱਖਦੇ ਪੰਜਾਬੀ ਵਿੱਚ ਤਿੰਨ ਲਗਾਖਰ ਹਨ ਬਿੰਦੀ ਟਿੱਪੀ ਤੇ ਅਦਕ ਬਿੰਦੀ ਅਤੇ ਟਿੱਪੀ ਦੀ ਆਵਾਜ਼ ਨੱਕ ਰਾਹੀਂ ਨਿਕਲਦੀ ਹੈ ਅਤੇ ਇਹਨਾਂ ਦੀ ਵਰਤੋਂ ਸ਼ਬਦ ਨੂੰ ਅਨੁਨਾਸਕ ਬਣਾਉਣ ਲਈ ਕੀਤੀ ਜਾਂਦੀ ਹੈ ਇਹਨਾਂ ਦੋਵਾਂ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੁੰਦਾ ਪਰ ਇਹਨਾਂ ਦੀ ਵਰਤੋਂ ਵੱਖਰੇ ਨਿਯਮਾਂ ਅਨੁਸਾਰ ਹੁੰਦੀ ਹੈ ਤਾਂ ਆਓ ਆਪਾਂ ਸਭ ਤੋਂ ਪਹਿਲਾਂ ਬਿੰਦੀ ਤੋਂ ਸ਼ੁਰੂਆਤ ਕਰਦੇ ਹਾਂ ਬਿੰਦੀ ਦੀ ਵਰਤੋਂ ਸ਼ਬਦ ਨੂੰ ਅਨੁਨਾਸਕ ਬਣਾਉਣ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਮਾਂ ਗਾਵਾਂ ਜਾਂ ਕਮਾਂਡੋ ਜੇ ਇੱਥੇ ਆਪਾਂ ਬਿੰਦੀ ਨਾ ਲਾਈਏ ਤਾਂ ਮੰਮਾ ਨਾਲ ਕੰਨਾ ਇਹ ਮਾਂ ਸ਼ਬਦ ਬਣਦਾ ਹੈ ਜਦੋਂ ਕਿ ਆਪਾਂ ਮਾਂ ਬਣਾਉਣਾ ਹੈ ਤਾਂ ਉਸ ਅਨੁਨਾਸਕ ਸ਼ਬਦ ਨੂੰ ਬਣਾਉਣ ਲਈ ਆਪਾਂ ਨੂੰ ਉੱਪਰ ਬਿੰਦੀ ਦੀ ਜ਼ਰੂਰਤ ਹੋਵੇਗੀ ਜਿਹੜੀਆਂ ਲਗਾ ਮਾਤਰਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ ਉਹ ਹੁੰਦੀਆਂ ਹਨ ਕੰਨਾ ਇਸ ਦੀਆਂ ਉਦਾਹਰਣਾਂ ਹਨ ਗਾਂ ਡਾਂਗ ਜਾਂਦੀਆਂ ਬਿਹਾਰੀ ਜੀਂਦ ਅਸੀਂ ਉਨੀਂਦਰਾ ਲਾਂ ਕੇਂਦ ਕੇਂਦਰ ਜਿਵੇਂ ਦੁਲਾਵਾਂ ਮੈਂ ਕੈਂਚੀ ਇੰਗਲੈਂਡ ਘੋੜਾ ਤੋਂ ਸਰੋਂ ਢੋਂਗ ਕਨੌੜਾ ਲੌਂਗ ਪਰੌਂਠਾ ਚੌਂ ਇੱਕ ਹੋਰ ਯਾਦ ਰੱਖਣ ਯੋਗ ਗੱਲ ਹੈ ਕਿ ਊੜੇ ਨਾਲ ਹਮੇਸ਼ਾ ਬਿੰਦੀ ਦੀ ਹੀ ਵਰਤੋਂ ਹੁੰਦੀ ਹੈ ਜਿਵੇਂ ਕਿ ਉਂਗਲੀ ਜਿਉਂ ਕਿਉਂ ਅਗਲਾ ਲਗਾਖਰ ਹੈ ਟਿੱਪੀ ਬਿੰਦੀ ਦੀ ਤਰ੍ਹਾਂ ਇਸ ਦੀ ਵਰਤੋਂ ਵੀ ਸ਼ਬਦ ਨੂੰ ਅਨੁਨਾਸਕ ਬਣਾਉਣ ਲਈ ਕੀਤੀ ਜਾਂਦੀ ਹੈ ਬੰਦਾ ਪੰਜਾਬ ਜਲੰਧਰ ਜੇਕਰ ਅਸੀਂ ਕਿਸੇ ਅੱਖਰ ਦੇ ਉੱਪਰੋਂ ਟਿੱਪੀ ਨੂੰ ਹਟਾ ਦਿੰਦੇ ਹਾਂ ਤਾਂ ਕਈ ਵਾਰ ਉਸਦਾ ਅਰਥ ਹੋਰ ਹੋ ਜਾਂਦਾ ਹੈ ਜਿਵੇਂ ਜੇ ਅਸੀਂ ਲਿਖਣਾ ਹੋਵੇ ਰੰਗ ਰਾਰੇ ਉੱਪਰ ਟਿੱਪੀ ਗੱਗਾ ਜੇ ਅਸੀਂ ਟਿੱਪੀ ਨਹੀਂ ਪਾਵਾਂਗੇ ਤਾਂ ਇਹ ਰੱਗ ਹੋ ਜਾਏਗਾ ਬਿੰਦੀ ਦੀ ਤਰ੍ਹਾਂ ਟਿੱਪੀ ਦੀ ਵਰਤੋਂ ਵੀ ਕੁਝ ਲਗਾ ਮਾਤਰਾ ਨਾਲ ਕੀਤੀ ਜਾਂਦੀ ਹੈ ਊੜੇ ਤੋਂ ਬਗੈਰ ਬਾਕੀ ਸਾਰੇ ਮੁਕਤਾ ਅੱਖਰਾਂ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਰੰਗ ਪੰਜ ਆਰੰਭ ਸਿਹਾਰੀ ਸਿੰਘ ਜ਼ਿੰਦਗੀ ਬਠਿੰਡਾ ਔਂਕੜ ਨਾਲ ਕੁੰਡ ਸੁੰਦਰ ਕੁੰਡਾ ਦੁਲੈਂਕੜ ਨਾਲ ਬੂੰਦ ਮੂੰਹ ਡੂੰਗਾ ਤੇ ਤੀਸਰਾ ਲਗਾਖਰ ਹੈ ਅਦਕ ਅਦਕ ਦੀ ਵਰਤੋਂ ਅੱਖਰ ਦੀ ਆਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਹੈ ਭਾਵੇਂ ਕਿ ਇਹ ਆਵਾਜ਼ ਨੂੰ ਦੂਣੀ ਕਰਦਾ ਹੈ ਪਰ ਇਹ ਆਪਣੇ ਆਪ ਵਿੱਚ ਅਦਕ ਕਹਾਉਂਦਾ ਹੈ ਨਾ ਕਿ ਅਦਕ ਜਿਸ ਅੱਖਰ ਦੀ ਆਵਾਜ਼ ਦੂਰੀ ਬੋਲੀ ਜਾਵੇ ਅਦਕ ਉਸ ਤੋਂ ਪਹਿਲੇ ਅੱਖਰ ਤੇ ਪਾਈ ਜਾਂਦੀ ਹੈ ਜਿਵੇਂ ਕਿ ਅੱਜ ਹੱਲ ਤੇ ਸਮੱਸਿਆ ਅਦਕ ਦੀ ਵਰਤੋਂ ਕੇਵਲ ਮੁਕਤਾ ਸਿਹਾਰੀ ਅਤੇ ਔਂਕੜ ਨਾਲ ਕੀਤੀ ਜਾਂਦੀ ਹੈ ਮੁਕਤਾ ਨਾਲ ਜਦੋਂ ਅਦਕ ਲੱਗਦਾ ਹੈ ਤਾਂ ਬਣਦਾ ਹੈ ਲੱਤ ਸੱਜਾ ਹੱਟੀ ਇੱਕ ਹੋਰ ਗੱਲ ਧਿਆਨ ਰੱਖਣ ਯੋਗ ਹੈ ਕਿ ਅਦਕ ਦੀ ਵਰਤੋਂ ਨਾ ਕਰਨ ਨਾਲ ਸ਼ਬਦ ਦੇ ਅਰਥਾਂ ਵਿੱਚ ਫਰਕ ਪੈ ਸਕਦਾ ਹੈ ਜੇ ਅਸੀਂ ਲੱਲਾ ਉੱਪਰ ਅਦਕ ਤੇ ਤੱਤਾ ਨਾ ਪਾਈਏ ਤਾਂ ਇਹ ਲੱਤ ਬਣ ਜਾਵੇਗਾ ਜਿਸਦਾ ਕਿ ਮਤਲਬ ਆਦਤ ਹੋਵੇਗਾ ਪਰ ਇੱਥੇ ਅਸੀਂ ਗੱਲ ਕਰਦੇ ਹਾਂ ਲੱਤ ਸਰੀਰ ਦੇ ਇੱਕ ਹਿੱਸੇ ਦੀ ਮੁਕਤੇ ਤੋਂ ਇਲਾਵਾ ਅਦਕ ਦੀ ਵਰਤੋਂ ਹੁੰਦੀ ਹੈ ਸਿਹਾਰੀ ਨਾਲ ਸਿੱਕਾ ਨਿੱਕ ਟਿੱਲਾ ਅਤੇ ਇਸ ਤੋਂ ਇਲਾਵਾ ਔਂਕੜ ਨਾਲ ਅਤੇ ਬਣਦਾ ਹੈ ਹੁੱਟ ਗੁੱਤ ਪੁੱਠਾ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਲਗਾਖਰ ਨਾਲ ਦੁੱਤ ਅੱਖਰ ਦੀ ਵੀ ਗੱਲ ਕਰਾਂਗੇ ਜਿਵੇਂ ਪੰਜਾਬੀ ਬੋਲੀ ਵਿੱਚ ਤਿੰਨ ਲਗਾਖਰ ਹੁੰਦੇ ਹਨ ਇਸੇ ਤਰ੍ਹਾਂ ਤਿੰਨ ਦੁੱਤ ਅੱਖਰ ਵੀ ਹੁੰਦੇ ਹਨ ਜਦੋਂ ਦੋ ਅੱਖਰਾਂ ਦੀ ਵਰਤੋਂ ਇਕੱਠੀ ਕੀਤੀ ਜਾਵੇ ਇੱਕ ਉੱਪਰ ਤੇ ਇੱਕ ਪੈਰ ਵਿੱਚ ਤਾਂ ਪੈਰ ਵਿੱਚ ਲਿਖੇ ਅੱਖਰ ਨੂੰ ਦੁੱਤ ਅੱਖਰ ਆਖਿਆ ਜਾਂਦਾ ਹੈ ਗੁਰਮੁਖੀ ਲਿਪੀ ਵਿੱਚ ਤਿੰਨ ਦੁੱਤ ਅੱਖਰ ਹਨ ਰਾਰਾ ਹਾਹਾ ਅਤੇ ਵਾਵਾ ਦੁੱਤ ਅੱਖਰ ਤੋਂ ਪਹਿਲਾਂ ਅਗਰ ਕੋਈ ਲਗਾ ਮਾਤਰਾ ਲੱਗੀ ਹੋਵੇ ਤਾਂ ਉਹ ਪੈਰ ਵਿੱਚ ਲਿਖੇ ਅੱਖਰ ਲਈ ਹੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਰਾਰੇ ਨਾਲ ਰਾਰੇ ਨੂੰ ਦੁੱਤ ਅੱਖਰ ਦੇ ਰੂਪ ਵਿੱਚ ਵਰਤ ਕੇ ਬਣਦੇ ਹਨ ਪ੍ਰੇਰਣਾ ਤ੍ਰੇਤਾ ਗ੍ਰੰਥ ਅਤੇ ਅੰਮ੍ਰਿਤ ਜਿਵੇਂ ਮੈਂ ਪਹਿਲਾਂ ਆਖਿਆ ਕਿ ਲਗਾ ਮਾਤਰਾ ਦੀ ਵਰਤੋਂ ਦੁੱਤ ਅੱਖਰ ਲਈ ਹੁੰਦੀ ਹੈ ਤਾਂ ਧਿਆਨ ਦੇਵੋ ਜਿਵੇਂ ਆਪਾਂ ਲਿਖਿਆ ਹੈ ਤ੍ਰੇਤਾ ਤਾਂ ਤਰੇਤਾ ਜਿਹੜਾ ਪੈਰ ਵਿੱਚ ਰਾਰਾ ਹੈ ਉੱਪਰ ਲੱਗੀ ਹੋਈ ਲਾਂ ਉਸਦੇ ਨਾਲ ਲੱਗੀ ਹੋਈ ਹੈ ਨਾ ਕਿ ਪਹਿਲੇ ਤੱਤੇ ਨਾਲ ਨਹੀਂ ਤਾਂ ਤੇਰਤਾ ਹੋਣਾ ਸੀ ਪਰ ਪੈਰ ਵਿੱਚ ਲਿਖੇ ਹੋਏ ਰਾਰੇ ਦੇ ਲਈ ਉਹ ਬਣ ਗਿਆ ਤਰੇਤਾ ਅਗਲਾ ਦੁੱਤ ਅੱਖਰ ਹੈ ਹਾਹਾ ਹਾਹੇ ਦੀ ਵਰਤੋਂ ਕੇਵਲ ਕੱਕਾ ਮੰਮਾ ਰਾਰਾ ਨੰਨਾ ਵਾਵਾ ਲੱਲਾ ਨਾਣਾ ਤੇ ਡਾੜੇ ਦੇ ਪੈਰ ਵਿੱਚ ਹੀ ਹੁੰਦੀ ਹੈ ਇਸ ਦੀਆਂ ਉਦਾਹਰਣਾਂ ਹਨ ਹਲ ਤਰਾਂ ਸਾੜੀ ਚਿੰਨ
ਸਮੇਂ ਸਿਰ ਹਾਹੇ ਦੀ ਦੁਤੱਖਰ ਦੇ ਰੂਪ ਵਿੱਚ ਵਰਤੋਂ ਨਾ ਕਰਨ ਨਾਲ ਸ਼ਬਦ ਦੇ ਅਰਥਾਂ ਵਿੱਚ ਫਰਕ ਪੈਂਦਾ ਹੈ। ਧਿਆਨ ਦੇਵੋ, ਜਿਵੇਂ ਆਪਾਂ ਸਾੜੀ ਲਿਖਿਆ ਹੈ, ਸਾੜੀ ਦਾ ਮਤਲਬ ਹੁੰਦਾ ਹੈ ਇੱਕ ਔਰਤਾਂ ਵੱਲੋਂ ਪਾਏ ਜਾਣ ਵਾਲਾ ਕੱਪੜਾ, ਪਰ ਜੇ ਆਪਾਂ ਇੱਥੇ ਹਾਹੇ ਦੀ ਵਰਤੋਂ ਨਹੀਂ ਕਰਦੇ ਤਾਂ ਇਹ ਸਾੜੀ ਬਣ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਸੜੀ ਹੋਈ ਜਾਂ ਝੁਲਸੀ ਹੋਈ। ਤੀਜਾ ਅਤੇ ਅਖੀਰਲਾ ਦੁਤੱਖਰ ਆਉਂਦਾ ਹੈ ਵਾਵਾ। ਇਸ ਦੀ ਵਰਤੋਂ ਨਾਲ ਬਣਦੇ ਹਨ ਸਵਰ, ਸਵੈ ਜੀਵਨੀ, ਸਵਾਧੀਨਤਾ। ਵਾਵੇ ਦੀ ਦੁਤੱਖਰ ਦੇ ਰੂਪ ਵਿੱਚ ਵਰਤੋਂ ਕਰਨ ਵੇਲੇ ਤੁਸੀਂ ਵੇਖਿਆ ਹੋਵੇਗਾ ਕਿ ਜਿਸ ਵੀ ਅੱਖਰ ਦੇ ਪੈਰ ਵਿੱਚ ਵਾਵਾ ਲਿਖਿਆ ਜਾਂਦਾ ਹੈ ਉਸਦੀ ਆਵਾਜ਼ ਥੋੜ੍ਹੀ ਹੋ ਜਾਂਦੀ ਹੈ। ਸਵਰ, ਜੇ ਅਸੀਂ ਸੱਸਾ ਵਾਵਾ ਰਾਰਾ ਲਿਖ ਦਿੰਦੇ ਤਾਂ ਇਹਨੇ ਬਣਨਾ ਸੀ ਸਵਰ, ਜਿਹਦੇ ਵਿੱਚ ਸੱਸੇ ਦੀ ਆਵਾਜ਼ ਪੂਰੀ ਆਉਣੀ ਸੀ, ਪਰ ਜਦੋਂ ਆਪਾਂ ਸਵਰ ਲਿਖਦੇ ਹਾਂ ਤਾਂ ਸਵਰ, ਵਾਵਾ ਦੇ ਰਾਰੇ ਦੀ ਆਵਾਜ਼ ਤਾਂ ਪੂਰੀ ਹੈ ਪਰ ਸੱਸੇ ਦੀ ਆਵਾਜ਼ ਅੱਧੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਵੈ ਜੀਵਨੀ, ਸਵੈ ਜੀਵਨੀ ਦੀ ਥਾਂ ਤੇ ਆਪਾਂ ਲਿਖਿਆ ਸਵੈ ਜੀਵਨੀ, ਸੱਸੇ ਨੂੰ ਅਸੀਂ ਅੱਧਾ ਹੀ ਬੋਲਿਆ। ਤਾਂ ਇਹ ਸੀ ਅੱਜ ਦੀ ਵੀਡੀਓ ਵਿੱਚ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਹਰ ਵਾਰ ਦੀ ਤਰ੍ਹਾਂ ਇਹਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ।